वाहेगुरु जी का खालसा, वाहेगुरु जी की फतेह। जिमें तुसी जानते हो जी कि आप विआह च आए हुए हैं, तो अज मेल है जी। सारे जने जागों लिए तैयार हो गए ने जी। हुण जी थोड़ा खाण पीण तो बाद सारे जने जागो कढ़णगे मिलके। जिमें आप जानते हाँ जी, पंजाबियों का पंजाब च विआह जागो तो बिना सुना सुना जा ही लगता है। जागो नानके कढ़ते ने जी, तो वह ही जागो लैके आते हैं। तो पहला तो मुंडे के विआह से जागो कढ़ते होंगे सके, पर हुण तो एवें का कोई फर्क नहीं रहा। जागो च जी नानकियां ते दादकियां दा आपस च टक्कर दा मुकाबला हुंदा है। ओह एक दूजे नूं सिठणियां दिंदे ने, बोलियां पांदे ने, गिद्दा पांदे ने, ते रल मिल के विआह इंजॉय करदे ने जी। आज दीदी ने साडा बहुत ही ज्यादा करदे ने प्यार। हुण इत्थे जागो शुरू हो गई है जी। Thank you.
ਹੁਣ ਜੀ ਇੱਥੇ ਦੀਦੀ ਦੇ ਬਟਨਾਂ ਲਾ ਰਹੇ ਨੇ ਜਿਹਨੂੰ ਆਪਾਂ ਹਲਦੀ ਵੀ ਕਹਿ ਦਿੰਦੇ ਹਾਂ। ਜਾਗੋ ਬਹੁਤ ਹੀ ਵਧੀਆ ਰਹੀ ਜੀ। ਆਪਾਂ ਨੇ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਹ ਬਸ ਘਰ ਦੀ ਹੀ ਜਾਗੋ ਹੈ, ਜਦੋਂ ਘਰ 'ਚ ਕੱਢੀ ਸੀਗੀ ਉਦੋਂ ਦੀ ਹੀ ਸ਼ੇਅਰ ਕੀਤੀ ਹੈ ਜੀ। ਇਹ ਕਲਰ ਮੇਰੇ ਕੋਲ ਨਹੀਂ ਸੀਗਾ ਜੀ, ਮਤਲਬ ਬਹੁਤ ਹੀ ਪਿਆਰਾ ਕਲਰ ਹੈ, ਮੈਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ। ਤੁਸੀਂ ਕਮੈਂਟਾਂ ਵੀ ਜ਼ਰੂਰ ਦੱਸਣਾ ਜੀ, ਸਾਡੀ ਸਾਰੀ ਫੈਮਿਲੀ ਤੁਹਾਨੂੰ ਕਹੀ ਦੀ ਲੱਗੀ ਰੈਡੀ ਹੋਈ। ਚਲੋ ਜੀ ਚੱਲਦੇ ਹਾਂ, ਹੁਣ ਤੁਹਾਨੂੰ ਆਪਣੀ ਬੇਟੀ ਮਨਪ੍ਰੀਤ ਦੇਖੋ ਜੀ, ਸਾਡੀ ਮਨਪ੍ਰੀਤ ਰੈਡੀ ਹੋਈ ਹੋਈ, ਸਾਹਮਣੇ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਰੈਡੀ ਨੇ, ਕੁਛ ਤਾਂ ਪੈਸੇ ਵਿੱਚ ਚਲੇ ਗਏ ਨੇ ਜੀ। ਸਾਡੀ ਬੇਟੀ ਗੁਰਵੀਰ ਰੈਡੀ ਹੋ ਕੇ ਆ ਗਈ ਜੀ ਪਾਰਲਰ 'ਚੋਂ, ਹੁਣ ਆਪਾਂ ਚੱਲਦੇ ਹਾਂ ਪੈਸ, ਉਹ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਅਨੰਦ ਕਾਰਜ ਦੀ ਰਸਮ 'ਤੇ। ਚਲੋ ਜੀ ਹੁਣ ਆਪਾਂ ਪਹਿਲਾਂ ਪੈਸੇ ਚੱਲਦੇ ਹਾਂ ਸਾਰੀ ਫੈਮਿਲੀ। ਚਲੋ ਤੁਹਾਨੂੰ ਦਿਖਾਉਂਦੀ ਹਾਂ ਉਹਦੇ ਪੈਸੇ ਬਾਰੇ। ਰੇਡੀ ਆਪਣਾ ਦੂਸਰਾ ਇੱਕ ਆਪਾਂ ਨੂੰ ਪਾਣੀ ਖਾਣੇ ਦਾ।